ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਣਗੇ। ਅਤੇ ਜਿੱਦਾਂ ਕਿ ਤੁਸੀਂ ਵੀਡੀਓ ਦੀ ਟਾਈਟਲ ਤੋਂ ਦੇਖ ਲਿਆ, ਅੱਜ ਵਾਲੀ ਵੀਡੀਓ ਹੈਗੀ ਆ ਸਟਾਕ ਮਾਰਕੀਟ ਬਾਰੇ। ਹੁਣ ਅੱਜ ਆਪਣੇ ਨਾਲ ਆਪਣਾ ਮਿੱਤਰ ਆ ਸ਼ਗਨ, ਇਹਨੂੰ ਇਹ ਚੀਜ਼ ਕਰਦੇ ਨੂੰ 4 ਸਾਲ ਹੋ ਗਏ ਅਤੇ ਬਾਈ ਸਿਖਾਉਂਦਾ ਵੀ ਆ। ਕੈਨੇਡਾ ਆਉਣ ਤੋਂ ਪਹਿਲਾਂ ਤੁਸੀਂ ਇੰਡੀਅਨ ਮਾਰਕੀਟ ਵਿੱਚ ਉਹ ਕਰਦੇ ਸੀ ਹੈ ਨਾ? ਹਾਂਜੀ ਹਾਂਜੀ। ਅਤੇ ਹੁਣ US ਮਾਰਕੀਟ ਵਿੱਚ ਟ੍ਰੇਡ ਕਰਦੇ ਨੇ ਅਤੇ ਹੋਪ ਕਰਾਂਗੇ ਕਾਫ਼ੀ ਲੋਕਾਂ ਨੂੰ ਇਹ ਵੀਡੀਓ ਯੂਜ਼ਫੁੱਲ ਹੋਵੇ, ਤੁਹਾਨੂੰ ਵੀ ਇਹ 'ਚ ਫਾਇਦੇ ਦੀਆਂ ਗੱਲਾਂ ਸਿੱਖਣ ਨੂੰ ਮਿਲਣ। ਸੋ ਸ਼ਗਨ ਬਰੋ, ਮੇਰਾ ਪਹਿਲਾ ਸਵਾਲ ਤਾਂ ਇਹ ਆ ਵੀ ਸਟਾਕ ਮਾਰਕੀਟ ਹੈ ਕੀ ਚੀਜ਼ ਆ, ਕਿਉਂਕਿ ਕਾਫ਼ੀ ਲੋਕਾਂ ਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ, ਸੋ ਇਹ ਕਲੀਅਰ ਕਰੋ। ਸਟਾਕ ਮਾਰਕੀਟ ਜਿੱਦਾਂ ਹਰੇਕ ਕੰਪਨੀ ਨੂੰ ਦੇ ਅਲੱਗ ਅਲੱਗ ਸ਼ੇਅਰ ਹੁੰਦੇ ਆ, ਜਿਵੇਂ ਸਟਾਕ ਨੂੰ ਸ਼ੇਅਰ ਵੀ ਕਹਿ ਦਿੰਦੇ, ਸ਼ੇਅਰ ਦਾ ਮਤਲਬ ਆਪਾਂ ਉਹ ਕੰਪਨੀ ਦੇ ਕੁਝ ਕੁ ਹਿੱਸੇਦਾਰ ਬਣ ਜਾਂਦੇ ਹਾਂ। ਇੱਦਾਂ ਹਰੇਕ ਕੰਪਨੀ ਦੇ ਸਟਾਕ ਹੁੰਦੇ ਆ। ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਸਟਾਕ ਵੀ ਆ, ਜਿਵੇਂ ਮੈਟਾ ਹੋ ਗਿਆ, ਸਨੈਪਚੈਟ, ਹਰੇਕ ਦੇ ਸਟਾਕਸ ਨੇ। ਇੱਦਾਂ ਹੀ ਵੱਡੀਆਂ ਕੰਪਨੀਆਂ ਦੇ ਹੋਰ ਦੇ ਵੀ ਸਟਾਕਸ ਨੇ, ਟੈਸਲਾ, ਨਵੀਡੀਆ, ਇਹ ਸਾਰੇ। ਇੱਦਾਂ ਸਟਾਕ ਮਾਰਕੀਟ ਹੁੰਦੀ ਹੈ, ਇਹ ਸਟਾਕ ਆਪਾਂ ਬਾਏ ਕਰਨੇ ਹੁੰਦੇ ਆ, ਸੈੱਲ ਕਰਨੇ ਹੁੰਦੇ ਆ, ਇਹ ਸਾਰਾ ਪ੍ਰੋਸੀਜਰ ਆਨਲਾਈਨ ਹੁੰਦਾ। ਜਦੋਂ ਸਟਾਕ ਖਰੀਦਣਾ ਹੁੰਦਾ, ਕਦੋਂ ਸਹੀ ਟਾਈਮ ਹੁੰਦਾ ਵੀ ਬੰਦੇ ਨੂੰ ਕਿਹੜੀ ਚੀਜ਼ ਦੇਖ ਕੇ ਹੈ ਨਾ ਉਹ ਡਿਸਾਈਡ ਕਰਨਾ ਚਾਹੀਦਾ ਵੀ ਹਾਂ ਆਹ ਚੀਜ਼ ਵਿੱਚ ਮੈਂ ਆਪਦਾ ਪੈਸਾ ਲਾ ਸਕਦਾ, ਅਤੇ ਜਦੋਂ ਉਹ ਸੈੱਲ ਕਰਨਾ ਹੁੰਦਾ, ਉਹ ਚੀਜ਼ ਵੇਚਣੀ ਹੁੰਦੀ ਆ, ਉਦੋਂ ਕਿਹੜੀ ਚੀਜ਼ ਦੇਖ ਕੇ ਡਿਸਾਈਡ ਕਰਨਾ ਚਾਹੀਦਾ ਵੀ ਹਾਂ ਹੁਣ ਇਹਨੂੰ ਸੈੱਲ ਕਰਨ ਦਾ ਟਾਈਮ ਆ ਗਿਆ? ਅਤੇ ਲੋਕ ਅਕਸਰ ਕਿਹੜੀ ਗਲਤੀ ਕਰ ਦਿੰਦੇ ਨੇ ਵਿੱਚ ਇੱਥੇ ਵੀ ਉਹਨਾਂ ਦਾ ਲੌਸ ਹੋ ਜਾਂਦਾ? ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹ ਗੱਲ ਕਲੀਅਰ ਕਰ ਦੇਣੀ ਚਾਹੀਦੀ ਆ ਵੀ ਜਿਹੜਾ ਸਟਾਕ ਆ ਉਹਦਾ ਸਭ ਤੋਂ ਪਹਿਲਾਂ ਚਾਰਟ ਦੇਖਣਾ ਚਾਹੀਦਾ, ਪਹਿਲਾਂ ਉਹਨੇ ਕਿਵੇਂ ਪਰਫਾਰਮ ਕੀਤਾ, ਹੁਣ ਉਹਦਾ ਟ੍ਰੈਂਡ ਕੀ ਆ, ਅੱਪ ਜਾ ਰਿਹਾ, ਡਾਊਨ ਜਾ ਰਿਹਾ। ਮੋਸਟਲੀ ਜਿਹੜੇ ਬਿਗਨਰ ਨੇ ਉਹ ਕੀ ਕਰਦੇ ਨੇ, ਉਹ ਕੁਛ ਨਹੀਂ ਦੇਖਦੇ, ਉਹ ਜਸਟ ਜਿਵੇਂ ਹੁਣ ਮੇਰੇ ਕੋਲ ਵੀ ਨਿਊ ਸਟੂਡੈਂਟ ਆਉਂਦੇ ਆ, ਮੈਂ ਉਹਨਾਂ ਦੇ ਪੋਰਟਫੋਲੀਓ ਚੈੱਕ ਕਰਦਾ ਤਾਂ ਉਹ ਦੇਖਦਾ ਬਹੁਤ ਬਿਗ ਲੌਸਿਸ ਆ ਜਿਹੜੇ ਹੋਲਡ ਕਰੀ ਬੈਠੇ ਆ। ਜੇ ਉਹਨਾਂ ਨੂੰ ਮੈਂ ਪੁੱਛਦਾ ਵੀ ਰੀਜ਼ਨ ਕੀ ਹੈ ਜਿਹੜਾ ਤੁਹਾਡੇ ਬਿਗ ਲੌਸ ਤੁਸੀਂ ਹੋਲਡ ਕੀਤੇ ਆ, ਉਹ ਕਹਿ ਦਿੰਦੇ ਸਾਡੀ ਪ੍ਰੈਡਿਕਸ਼ਨ ਆ ਇਹ ਕਦੇ ਤੱਪ ਜਾਊਗਾ, ਬਟ ਇਹ ਚੀਜ਼ ਨਹੀਂ ਹੁੰਦੀ। ਮਤਲਬ ਇੱਕ ਹਿਸਾਬ ਨਾਲ ਉਹ ਗੈਂਬਲਿੰਗ ਕਰਦੇ ਆ, ਜਿੱਦਾਂ ਸਹੀ ਲੱਗਿਆ ਰਾਤ। ਬਸ ਆਹ ਸਭ ਨੂੰ ਜ਼ਰੂਰੀ ਚੀਜ਼ ਆ ਜਦੋਂ ਸਟਾਕਸ ਵਿੱਚ ਇਨਵੈਸਟ ਕਰਨਾ, ਵੀ ਪਹਿਲਾਂ ਤੁਸੀਂ ਪ੍ਰੋਪਰ ਨੌਲੇਜ ਲਵੋ, ਕਿਉਂਕਿ ਚਾਹੇ ਤੁਹਾਨੂੰ ਸਕਰੀਨ 'ਤੇ ਨੰਬਰ ਦਿਖ ਰਹੇ ਨੇ, ਮਤਲਬ ਤੁਹਾਡਾ ਅਸਲੀ ਪੈਸਾ ਲੱਗ ਰਿਹਾ ਚੀਜ਼ ਉੱਤੇ। ਸੋ ਓਬਵੀਅਸਲੀ ਕੋਈ ਨਹੀਂ ਚਾਹੁੰਦਾ ਵੀ ਮੇਰਾ ਪੈਸਾ ਲੌਸ ਵਿੱਚ ਜਾਵੇ, ਹੈ ਨਾ? ਤਾਂ ਕਰਕੇ ਪ੍ਰੋਪਰ ਪਹਿਲਾਂ ਨੌਲੇਜ ਲਿਆ ਕਰੋ, ਜਾਣਕਾਰੀ, ਫਿਰ ਡਿਸਾਈਡ ਕਰਿਆ ਕਰੋ ਹਾਂ ਵੀ ਇਹ ਚੀਜ਼ ਵਿੱਚ ਮੈਂ ਲਾ ਸਕਦਾ ਪੈਸਾ, ਕਿਉਂਕਿ ਕਾਫ਼ੀ ਆਈ ਕਰਦੇ ਹੋਣਗੇ ਨਾ ਗੈਂਬਲਿੰਗ ਹੀ ਕਹਿ ਸਕਦੇ ਵੀ ਜਿੱਦਾਂ ਸਹੀ ਲੱਗਿਆ ਲਾ ਦਿਓ, ਲਾ ਦਾ ਜਾਂ ਜਿਵੇਂ ਬਾਕੀ ਲੋਕ ਕਰ ਰਹੇ ਨੇ ਜਿਹੜੀ ਚੀਜ਼, ਹੈ ਨਾ, ਵੀ ਆਪਾਂ ਵੀ ਕਰ ਲੈਂਦੇ ਹਾਂ ਬਸ, ਜਾਂ ਫਰੈਂਡਸ ਨੇ ਦੱਸਤਾ ਕਿਸੇ ਨੇ ਵੀ ਫਲਾਨਾ ਸ਼ੇਅਰ ਲੈ ਲਓ, ਉਹਦੇ ਬਾਰੇ ਨਾ ਕੁਛ ਇਨਵੈਸਟੀਗੇਟ ਕਰਨਾ, ਨਾ ਕੋਈ ਨੌਲੇਜ ਦੇਖਣੀ, ਕੁਛ ਵੀ ਨਹੀਂ, ਪੈਸਾ ਆਪਣਾ ਇਨਵੈਸਟ ਕਰ ਦਿੰਦੇ ਆ ਅਤੇ ਲੌਸ ਖਾ ਲੈਂਦੇ ਆ, ਅਤੇ ਫਿਰ ਬਾਅਦ 'ਚ ਮਾਰਕੀਟ ਨੂੰ ਬਲੇਮ ਕਰਦੇ ਆ ਵੀ ਇਹ ਤਾਂ ਜੂਆ ਵਾ। ਤੇ ਬਾਕੀ ਹਾਂ ਫਿਰ ਐਂ ਵੀ ਕਹਿੰਦੇ ਨੇ ਜੋ ਕੋਈ ਹੋਰ ਕਰ ਰਿਹਾ ਹੁੰਦਾ ਵੀ ਨਹੀਂ ਇਹ 'ਚ ਕੋਈ ਫਾਇਦਾ ਨਹੀਂ, ਕੋਈ ਫਾਇਦਾ ਨਹੀਂ। ਹਾਂਜੀ ਹਾਂਜੀ। ਸੋ ਇੱਕ ਹੋਰ ਮੈਂ ਸਵਾਲ ਬਰੋ ਪੁੱਛਣਾ ਚਾਹੁੰਦਾ ਸੀ, ਇੱਕ ਹੁੰਦਾ ਡੇ ਟ੍ਰੇਡਿੰਗ ਅਤੇ ਇੱਕ ਹੁੰਦਾ ਨੇ ਇਨਵੈਸਟਮੈਂਟਸ, ਹਾਂਜੀ, ਉਹ 'ਚ ਡਿਫਰੈਂਸ ਦੱਸੋ। ਜਿਵੇਂ ਇਨਵੈਸਟਮੈਂਟਸ ਹੁੰਦੀਆਂ ਨੇ, ਇਹ ਹੁੰਦੀਆਂ ਨੇ ਵਿੱਚ ਲੋਕ ਕਰਦੇ ਆ ਮਹੀਨਿਆਂ ਦੀ ਇਨਵੈਸਟਮੈਂਟਸ ਕਰਦੇ ਆ, ਜਿਹਨਾਂ ਕੋਲ ਜੋ ਜੋਬ ਕਰਦੇ ਉਹਨਾਂ ਕੋਲ ਟਾਈਮ ਨਹੀਂ ਹੁੰਦਾ ਇਹ ਚੀਜ਼ ਲਈ, ਅਤੇ ਉਹ ਕੀ ਕਰਦੇ ਨੇ ਇਨਵੈਸਟਮੈਂਟਸ ਕਰਦੇ, ਲੌਂਗ ਟਰਮਸ ਵੀ ਹੁੰਦੀਆਂ ਨੇ, ਕੋਈ ਸਾਲ ਲਈ ਕਰਦਾ, ਕੋਈ 6 ਮਹੀਨਿਆਂ ਲਈ, ਕੋਈ 5 ਸਾਲ ਲਈ, ਕੋਈ 10 ਸਾਲ ਲਈ ਹੋਲਡ ਕਰਨਾ ਸਟੋਕਸ ਨੂੰ, ਉਹਨੂੰ ਕਹਿ ਦਿੰਦੇ ਆ ਆਪਾਂ। ਅਤੇ ਜਿਹੜੀ ਡੇ ਟ੍ਰੇਡਿੰਗ ਹੁੰਦੀ ਆ, ਇਹਦੇ ਵਿੱਚ ਇਹ ਹੁੰਦਾ ਵੀ ਜੇ ਤੁਸੀਂ ਸਟੋਕ ਅੱਜ ਬਾਏ ਕੀਤਾ, ਤੁਹਾਨੂੰ ਅੱਜ ਹੀ ਸੈੱਲ ਕਰਨਾ ਪੈਣਾ ਮਾਰਕੀਟ ਦੇ ਟਾਈਮ ਦੇ ਵਿੱਚ। ਜਿੱਦਾਂ ਮਾਰਕੀਟ 9:30 ਸਟਾਰਟ ਹੁੰਦੀ ਆ, ਤਾਂ ਤੁਹਾਨੂੰ 4 ਵਜੇ ਮਾਰਕੀਟ ਨੇ ਬੰਦ ਹੋਣਾ ਹੁੰਦਾ, 4 ਵਜੇ ਤੋਂ ਪਹਿਲਾਂ ਤੁਹਾਨੂੰ ਆਪਣੀ ਪੋਜੀਸ਼ਨਸ ਕਲੋਜ਼ ਕਰਨੀਆਂ ਪੈਂਦੀਆਂ, ਦੈਟ ਮੀਨਸ ਤੁਹਾਨੂੰ ਸਟਾਕ ਉਹ ਸੈੱਲ ਕਰਨੇ ਪੈਂਦੇ ਆ। ਉਹ ਰੋਜ਼ ਫਿਰ ਬੰਦੇ ਨੂੰ ਟਾਈਮ 'ਤੇ ਚੈੱਕ ਕਰਨਾ ਪੈਂਦਾ, ਟਾਈਮ 'ਤੇ ਚੈੱਕ ਕਰ। ਅੱਜ ਵੀ ਮੈਂ ਬਾਈ ਨੂੰ ਸਵੇਰੇ ਫੋਨ ਕੀਤਾ ਸੀ, ਮੈਂ ਕਿਹਾ ਆਪਾਂ ਵੀਡੀਓ ਬਣਾਉਣੀ ਹੈ, ਬਾਈ ਕਹਿੰਦਾ ਹਜੇ ਮਾਰਕੀਟ ਓਪਨ ਹੋਈ ਆ, ਵੀ ਠਹਿਰ ਕੇ ਬਾਅਦ 'ਚੋਂ ਕਰਦੇ ਆ। ਸੋ ਉਦੋਂ ਹੀ ਹੁੰਦਾ। ਹਾਂਜੀ ਹਾਂਜੀ, ਪ੍ਰੋਪਰ ਬੰਦਾ ਉਹ ਇੱਕ ਤਰੀਕੇ ਦੀ ਇਹ ਡੇਲੀ ਰੂਟੀਨ ਹੀ ਹੁੰਦੀ, ਡੇਲੀ ਰੂਟੀਨ ਹੀ। ਸਵੇਰੇ ਪਹਿਲਾਂ ਚੈੱਕ ਕਰਨਾ ਮਾਰਕੀਟ ਕੀ ਚੱਲ ਰਿਹਾ, ਕੀ ਚੱਲ ਰਿਹਾ, ਕੀ ਅਪ ਜਾ ਰਿਹਾ, ਕੀ ਡਾਊਨ। ਹਾਂਜੀ ਹਾਂਜੀ। ਪਰ ਆਪਦੀ ਪਹਿਲਾਂ ਹੁਣ ਤੁਸੀਂ ਆਪਦੀ ਜਰਨੀ ਦੱਸੋ, ਇੰਡੀਆ ਤੋਂ ਸ਼ੁਰੂ ਕੀਤਾ ਹੈ ਨਾ? ਹਾਂਜੀ। 4 ਸਾਲ ਹੋ ਗਏ ਉੱਥੇ ਕੈਨੇਡਾ ਆ ਕੇ ਕਰਦੇ ਹੋ। ਹਾਂਜੀ। ਕਿੱਦਾਂ ਸ਼ੁਰੂਆਤ ਕੀਤੀ ਸੀ, ਕਿੰਨੇ ਲੌਸ ਹੋਏ ਸੀ, ਇਹ ਵੀ ਅਸੀਂ ਜਾਣਨਾ ਚਾਹੁੰਦੇ ਹਾਂ। ਹਾਂਜੀ ਹਾਂਜੀ। ਕਦੋਂ ਕਿੰਨੇ ਲੌਸ ਹੋਏ ਸੀ, ਉਹ ਚੀਜ਼ ਨੂੰ ਕਿਵੇਂ ਠੀਕ ਕਰਕੇ ਹੈ ਨਾ ਪ੍ਰੋਫਿਟ ਵਿੱਚ ਬਦਲਿਆ? ਹਾਂਜੀ ਹਾਂਜੀ। ਸਭ ਤੋਂ ਪਹਿਲਾਂ ਤਾਂ ਵੀਰੇ ਮੈਂ ਜਦੋਂ ਸਟਾਰਟਿੰਗ ਕੀਤੀ ਸੀ ਇਹ ਚੀਜ਼ ਦੀ, ਮੈਂ ਇਨਵੈਸਟਮੈਂਟਸ ਤੋਂ ਸਟਾਰਟ ਕੀਤਾ ਸੀਗਾ। ਠੀਕ ਆ। ਬਟ ਮੈਂ ਵੀ ਜਿਵੇਂ ਅੱਜ ਕੱਲ੍ਹ ਬਿਗਨਰ ਕਰ ਰਿਹਾ, ਮੈਂ ਵੀ ਇਹ ਗਲਤੀਆਂ ਕੀਤੀਆਂ ਸੀ। ਮੈਂ ਕੀ ਕਰਦਾ ਸੀ, ਬਸ ਸਟਾਕ ਦੇਖਿਆ, ਨਿਊਜ਼ 'ਚ ਦੇਖਿਆ, ਜਸਟ ਮੈਂ ਆਪਦਾ ਪੈਸਾ ਇਨਵੈਸਟ ਕਰ ਦਿੰਦਾ ਸੀ ਅਤੇ ਉਹਦੇ ਨਾਲ ਲੌਸਿਸ ਵੀ ਹੁੰਦੇ ਸੀਗੇ। ਇਹ ਚੀਜ਼ ਜਿਹੜੇ ਲੌਸਿਸ ਆ, ਇਹ ਤੁਹਾਨੂੰ ਫਾਈਨੈਂਸ਼ੀਅਲ ਵੀ ਤੋੜਦੇ ਆ ਅਤੇ ਤੁਹਾਨੂੰ ਇਮੋਸ਼ਨਲੀ ਬ੍ਰੇਕਡਾਊਨ ਵੀ ਕਰਦੇ ਆ। ਐਗਜੈਕਟਲੀ। ਜਿਵੇਂ ਹੁਣ ਆਪਾਂ ਐਗਜ਼ਾਮਪਲ ਲੈ ਲਈਏ, 2008 ਦੇ ਵਿੱਚ ਮਾਰਕੀਟ ਕ੍ਰੈਸ਼ ਹੋਈ ਸੀਗੀ, ਉਦੋਂ ਕੀ ਹੋਇਆ ਸੀ, ਬਹੁਤ ਲੋਕਾਂ ਨੇ ਸੁਸਾਈਡ ਕੀਤੇ ਸੀ। ਇਹ ਚੀਜ਼ ਕਿਉਂ ਹੋਈ ਸੀ, ਕਿਉਂਕਿ ਲੋਕਾਂ ਨੇ ਧਿਆਨ ਨਹੀਂ ਸੀ ਦਿੱਤਾ ਵੀ ਆਉਣ ਵਾਲਾ ਫਿਊਚਰ ਕੀ ਹੋ ਸਕਦਾ, ਪ੍ਰੈਡਿਕਸ਼ਨਸ ਨਹੀਂ ਸੀਗੀਆਂ, ਨੌਲੇਜ ਨਹੀਂ ਸੀਗੀ। ਬਾਕੀ ਉਹ ਟਾਈਮ ਦੇ ਵਿੱਚ ਆਨਲਾਈਨ ਕੰਮ ਥੋੜ੍ਹਾ
फिर उस तो बाद मैं इन्वेस्टमेंट्स तो बाद फिर मैं हौली हौली मैं डे ट्रेडिंग दे विच आया। मैं इंडिया करी जिन्हों अपन ऑप्शन ट्रेडिंग कह देंगे, मैं ऑप्शन ट्रेडिंग दे विच आया। उस दे विच मैं फिर वधिया स्टार्टिंग चोच भी मैं लॉस हुए, बट फिर मैं की करिया, मैं चार पांच महीने तक गैप पाया ते मैं समार किस चीज़ नूं स्टडी करना स्टार्ट किया, नॉलेज गेन की इस चीज़ बारे, चार्ट्स रीड किए, सब कुछ देखा। आफ्टर दैट फिर मैं हौली हौली छोटे प्रॉफिट होने शुरू हुए। फिर हौली ये चीज़ जी मेन चीज़ है, ये पेशेंस की चीज़ है। हाँ जी, पेशेंस होनी बहुत जरूरी है इस चीज़ के। कोई भी रातों रात ये अमीर नहीं बन सकता। जे तुसी क्विक रिच मेंटैलिटी दे नाल आ रहे हो तो यह चीज़ थोड़े लिए नहीं हैगी, तुसी बिग लॉसिस लाओगे। काफ़ी लोगों नू हुण आए हुंदा, मैं भी आह वीडियो देख के भी लोग कहणगे भी भाई भी असी महीने तक इन्ना साडा प्रॉफिट हो जू, चलो है ना, आप तो चाहते हैं भी हो जाए। हाँ जी, पर आए नहीं गा भी अज तुसी शुरू किया हफ्ते बाद बहुत सारे पैसे थोड़े को आ जाएंगे। पेशेंस चाहिए, पर जे तुसी पेशेंट रहोगे नाल दी नाल चली आओगे, नॉलेज भी इकट्ठी करोगे, चीज़ नू प्रॉपरली स्टडी करोगे, तो लोंग टर्म में देखोगे ना तो बहुत फायदा। यही तो प्रॉब्लम आ, यही प्रॉब्लम लोग चाहते हैं भी रातों रात हो जाए, रातों रात हो जाए। हाँ जी, आप भी चाहते, हर कोई चाहता हूँ भी रातों, पर इन्नी छेती कोई हों नहीं, कुछ भी हों नहीं। हाँ जी, हाँ जी। सो पेशेंस सबर चाहिए, नाल दी नाल बंदा नॉलेज गेन करी जाए, अपने आप को अपडेट रखे। अपडेट थोड़ा वर्ल्ड के रिलेटड अपडेट होना बहुत जरूरी है। जिम्मे हम एग्जाम्पल दिना, मैं उदो इंडिया से जो अपने रशिया यूक्रेन की लड़ाई लगी। हाँ जी, हाँ जी। तो मैं उस टाइम की किया, मैं उस टाइम देखा भी जोड़ा रशिया तो यूक्रेन तो मेन चीज़ वर्ल्ड में की चीज़ सप्लाई हो रही है। फिर मैं देखा तो रशिया तो मेन आप कच्चा तेल है जोड़ा वो पूरे वर्ल्ड में सप्लाई हो रहा है। हाँ, जिन्होंने आप क्रूड ऑयल कह दें। हाँ। फिर मैं उस टाइम की किया, मैं उस टाइम क्रूड ऑयल के इन्वेस्टमेंट की, तो तकरीबन उस टाइम वह प्राइस चल रहा है $80 पर बैरल प्राइस चल रहा है। तो आफ्टर दैट मैं जो उन्होंने वार लगी हुई सी, प्राइस बहुत अप हो गए थे, तो मैं तकरीबन $135 से सैल किए, तकरीबन डबल करते। इस तरह थोड़ा अप टू डेट होना बहुत जरूरी है, दुनिया चल की रहा ਕਿਹੜੀ ਚੀਜ਼ ਉੱਤੇ ਜਾ ਰਹੀ ਹੈ, ਕਿਹੜੀ ਚੀਜ਼ ਬਾਰੇ ਜ਼ਿਆਦਾ ਚਰਚਾ ਹੋ ਰਹੀ ਹੈ। ਹਾਂਜੀ ਹਾਂਜੀ ਹਾਂਜੀ। ਇੱਕ ਹੋਰ ਕੁਐਸਚਨ ਸੀਗਾ, 2023 ਦਾ ਬਸ ਐਂਡ ਹੋਣ ਵਾਲਾ ਹੀ ਆ, ਨਾ ਮਹੀਨਾ ਰਹਿ ਗਿਆ। ਸੋ 2024 ਵਿੱਚ ਜੇ ਇੱਕ ਬੰਦੇ ਨੇ ਇਨਵੈਸਟ ਕਰਨਾ ਹੋਵੇ, ਹਾਂਜੀ ਹੈ ਨਾ, ਜਿੱਦਾਂ ਹੁਣ ਮਾਰਕੀਟ ਚੱਲ ਰਹੀ ਆ, ਜਿੱਦਾਂ ਪ੍ਰੈਡਿਕਸ਼ਨ ਨੇ, 2024 ਲਈ ਕਿਹੜੀ ਚੀਜ਼ ਵਿੱਚ ਪੈਸਾ ਲਾਉਣਾ ਚਾਹੀਦਾ? ਹਾਂਜੀ ਵੀ ਉਹ 'ਚ ਚੱਲ 100% ਤਾਂ ਆਪਾਂ ਕਹਿ ਨਹੀਂ ਸਕਦੇ, ਪਰ ਚਲੋ 99.999% ਕਹਿ ਸਕਦੇ ਹਾਂ ਵੀ ਇਹ ਚੀਜ਼ ਆਪ ਹੀ ਜਾਊਗੀ। ਇੱਦਾਂ ਜਿਵੇਂ ਹੁਣ ਆਪਾਂ ਆਉਣ ਵਾਲਾ ਟਾਈਮ ਆਪਾਂ ਦੇਖ ਰਹੇ ਹਾਂ ਵੀ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਇਹਨਾਂ ਦੀ ਇਨਵੈਸਟਮੈਂਟਸ ਜੇ ਆਪਾਂ ਦੇਖੀਏ, ਸਟੱਡੀ ਕਰੀਏ, ਤਾਂ ਇਹ ਸਾਰੀਆਂ AI ਦੇ ਵਿੱਚ, ਆਰਟੀਫਿਸ਼ਲ ਇੰਟੈਲੀਜੈਂਸੀ ਅਤੇ ਇਲੈਕਟ੍ਰੀਕਲ ਵਹੀਕਲ ਦੇ ਵਿੱਚ ਸਾਰਾ ਪੈਸਾ ਇਨਵੈਸਟ ਕਰ ਰਹੀ। ਜਿਵੇਂ ਆਪਾਂ ਅੱਜ ਕੱਲ੍ਹ ਨਾਮੀ ਕੰਪਨੀਆਂ ਦੇ ਵਿੱਚ ਜੇ ਆਪਾਂ ਲਾ ਲਈਏ ਟੈਸਲਾ, ਇਹਨਾਂ ਦੇ ਸਟੋਕਸ ਵੀ ਡੇ ਬਾਏ ਡੇ ਅੱਪ ਜਾ ਰਹੇ ਨੇ। AI ਦੇ ਕੁਛ ਕੁ ਸਟੋਕਸ ਨੇ ਉਹ ਵੀ ਡੇ ਬਾਏ ਡੇ ਅੱਪ ਜਾ ਰਹੇ ਨੇ, ਤਾਂ ਮੇਰੇ ਅਕੋਰਡਿੰਗ ਆਉਣ ਵਾਲਾ ਟਾਈਮ ਇਹਨਾਂ ਚੀਜ਼ਾਂ ਦਾ ਹੀ ਆ। ਸੋ ਆਪਾਂ ਨੂੰ ਹਮੇਸ਼ਾ ਹੀ ਇਹ ਦੇਖਣਾ ਚਾਹੀਦਾ ਵੀ ਫਿਊਚਰ ਦੇ ਵਿੱਚ ਡਿਮਾਂਡ ਕਿਸ ਚੀਜ਼ ਦੀ ਆ ਰਹੀ ਆ, ਨਾ ਕਿ ਇਹ ਦੇਖਣਾ ਚਾਹੀਦਾ ਵਿੱਚ ਲੋਕ ਕੀ ਗਲਤੀ ਕਰਦੇ ਨੇ, ਪੈਨੀ ਸਟੋਕਸ ਦੇਖਣ ਲੱਗ ਜਾਂਦੇ ਨੇ। ਅੱਛਾ, ਜਿਹੜੇ ਜਮ੍ਹਾਂ ਹੀ ਆਪਾਂ ਕਹਿ ਦਈਏ ਵੀ ਸਮਾਲ ਕੈਪੀਟਲ ਵਾਲੇ ਸਟੋਕਸ ਨੇ, ਉਹ ਦੇਖਣ ਲੱਗ ਜਾਂਦੇ ਪੈਨੀ ਸਟੋਕਸ। ਉਹਨਾਂ ਨੂੰ ਇੱਦਾਂ ਹੁੰਦਾ ਵੀ ਮੈਂ ਘੱਟ ਮਨੀ ਲਾ ਕੇ ਲਾਰਜ ਅਮਾਊਂਟ ਚੱਕ, ਲਾਰਜ ਕੁਆਂਟਿਟੀ ਚੱਕ ਕੇ ਮੈਂ ਵੱਡੇ ਪ੍ਰੋਫਿਟ ਕੱਢ ਲੂੰਗਾ, ਬਟ ਉਹ ਗੈਂਬਲਿੰਗ ਆ, ਉਹ ਕਦੇ ਕਦੇ ਕੰਮ ਕਰਦੀ ਆ, ਹਰ ਵਾਰ ਨਹੀਂ ਕੰਮ ਕਰਦੀ, ਜੂਆ ਹੀ ਆ, ਜੂਆ ਹੀ ਆ। ਠੀਕ ਆ, ਠੀਕ ਆ, ਠੀਕ ਆ। ਅਤੇ ਇੱਕ ਹੋਰ ਸਵਾਲ ਆ, ਜਿਹੜਾ ਬਿਲਕੁਲ ਨਵਾਂ ਬੰਦਾ ਜਿਹਨੂੰ ਹਜੇ ਇੰਨੀ ਨੌਲੇਜ ਵੀ ਨਹੀਂ ਹੈਗੀ, ਹਾਂਜੀ, ਉਹ ਇਹ ਦੁਨੀਆ ਵਿੱਚ ਆਉਣਾ ਚਾਹੁੰਦਾ, ਹਾਂਜੀ, ਉਹ ਟ੍ਰੇਡਿੰਗ ਕਰਨਾ ਚਾਹੁੰਦਾ, ਹਾਂਜੀ, ਕਿੱਦਾਂ ਸ਼ੁਰੂ ਕਰੇ? ਸਭ ਤੋਂ ਪਹਿਲਾਂ ਤਾਂ ਮੈਂ ਅੱਜ ਕੱਲ੍ਹ ਦੇਖ ਰਿਹਾ ਵੀ ਇਹ ਚੀਜ਼ ਦਾ ਟ੍ਰੈਂਡ ਦਿਨੋ ਦਿਨ ਬਹੁਤ ਵੱਧ ਰਿਹਾ, ਕਿਉਂਕਿ ਬਟ ਮੈਂ ਜ਼ਿਆਦਾ ਦੇਖ ਰਿਹਾ ਲੋਕ ਆ ਜਿਹੜੇ ਉਹ ਕੁਇਕ ਰਿਚ ਮੈਂਟੈਲਿਟੀ ਦੇ ਨਾਲ ਆ ਰਹੇ ਆ, ਜਿੱਦਾਂ ਕਿ ਆਪਾਂ ਪਹਿਲਾਂ ਗੱਲ ਕਰੀਏ, ਜਿੱਦਾਂ ਆਪਾਂ ਉਹਨਾਂ ਨੂੰ ਇੱਦਾਂ ਵੀ ਮੈਂ ਅੱਜ ਸਟਾਰਟ ਕੀਤਾ, ਮੈਂ ਇੱਕ ਵੀਕ ਦੇ ਵਿੱਚ ਇੰਨੇ ਪੈਸੇ ਬਣਾ ਲੂੰ, ਇੱਦਾਂ ਕਰ ਲੂੰ, ਬਟ ਹੋ ਜਾਂਦਾ ਉਹ ਕਈ ਵਾਰ ਕੀ ਹੁੰਦਾ ਸਟਾਰਟਿੰਗ ਦੇ ਵਿੱਚ ਜਦੋਂ ਆਪਾਂ ਕਈ ਗੈਂਬਲਿੰਗ ਕਰਦੇ ਹਾਂ ਛੋਟੇ ਮੋਟੇ ਪ੍ਰੋਫਿਟ ਹੋ ਜਾਂਦੇ ਆ, ਉਹ ਲੱਕ ਕਹਿ ਸਕਦੇ ਹਾਂ, ਲੱਕ ਕਹਿ ਸਕਦੇ, ਹਾਂਜੀ, ਬਟ ਉਹ ਲੰਮਾ ਟਾਈਮ ਨਹੀਂ ਚੱਲਦਾ ਕੰਮ, ਫਿਰ ਕੀ ਹੁੰਦਾ ਐਂਡ 'ਤੇ ਉਹਨਾਂ ਨੂੰ ਵੱਡਾ ਲੋਸ ਹੋ ਜਾਂਦਾ। ਜਿਵੇਂ ਹੁਣ ਬਿਗਨਰ ਨੇ ਇਹਦੇ ਵਿੱਚ ਆਉਣਾ ਹੋਵੇ ਤਾਂ ਸਭ ਤੋਂ ਪਹਿਲਾਂ ਉਹਨੂੰ ਇਹ ਚੀਜ਼ ਬਾਰੇ ਬੇਸਿਕ ਕਲੀਅਰ ਕਰਨੇ ਚਾਹੀਦੇ ਆ, ਜਾਂ ਉਹਨੂੰ ਇਸ ਬਾਰੇ ਪ੍ਰੋਪਰ ਨੌਲੇਜ ਲੈਣੀ ਚਾਹੀਦੀ ਆ, ਉਹਨੂੰ ਡਾਇਰੈਕਟਲੀ ਆਪਣਾ ਪੈਸਾ ਨਹੀਂ ਇਨਵੈਸਟ ਕਰਨਾ ਚਾਹੀਦਾ। ਆਹ ਸਵਾਲ ਮੈਂ ਕਰਨਾ ਚਾਹੁੰਦਾ ਸੀ, ਹੈ ਨਾ, ਮੈਨੂੰ ਖੁਦ ਵੀ ਸੀ। ਹੁਣ ਜਿਵੇਂ ਬਰੋ ਹੁਣ ਇੱਥੇ ਤੁਸੀਂ ਵੀ ਐਜ਼ ਆ ਇੰਟਰਨੈਸ਼ਨਲ ਸਟੂਡੈਂਟ ਆਏ ਹੋ, ਹਾਂਜੀ, ਹੈ ਨਾ, ਹਾਂਜੀ, ਕਾਫੀ ਲੋਕ ਇੱਥੇ ਆ ਕੇ ਸਿੱਧਾ ਜੋਬਸ ਵੱਲ ਚਲ ਜਾਂਦੇ ਨੇ, ਹਾਂਜੀ, ਐਗਜ਼ਾਮਪਲ ਲਾ ਲਓ ਬੰਦਾ ਡੇ ਟ੍ਰੇਡਿੰਗ ਕਰਦਾ ਤੇ ਨੌਲੇਜ ਵੀ ਵਧੀਆ ਹੋਵੇ, ਹੈ ਨਾ, 3-4 ਸਾਲਾਂ ਤੋਂ ਤੁਹਾਡੇ ਕੋਲ ਕਰ ਰਿਹਾ, ਹਾਂਜੀ, ਇੱਥੇ ਆ ਕੇ ਉਹਨੂੰ ਜੋਬ ਕਰਨ ਦੀ ਲੋੜ ਆ? ਨਹੀਂ, ਉਹਨੂੰ ਜੋਬ ਕਰਨ ਦੀ ਲੋੜ ਨਹੀਂ, ਉਹ ਜੋਬ ਤੋਂ ਬਹੁਤ ਅੱਗੇ ਜਾ ਰਿਹਾ ਹੁੰਦਾ, ਉਹ ਤੇ ਡੇ ਟ੍ਰੇਡਿੰਗ ਫੁੱਲ ਟਾਈਮ ਟ੍ਰੇਡਰ ਬਹੁਤ ਨੇ,
ਜਿਵੇਂ ਮੈਂ ਵੀ ਇਸ ਟਾਈਮ ਫੁੱਲ ਟਾਈਮ ਟ੍ਰੇਡਰ ਹਾਂ, ਬਟ ਜਦ ਮੈਂ ਕੈਨੇਡਾ ਆਇਆ ਸੀ ਮੈਂ ਵੀ ਬਹੁਤ ਕੰਮ ਕੀਤਾ, ਮੈਂ ਡਬਲ ਡਬਲ ਸ਼ਿਫਟਾਂ ਵੀ ਲਾਈਆਂ ਹੈ ਨਾ ਜੀ। ਅਤੇ ਬਟ ਆਫਟਰ ਦੈਟ ਕਿਉਂਕਿ ਮੈਂ ਉਹ ਸ਼ਿਫਟਾਂ ਤਾਂ ਲਾਈਆਂ, ਮੈਨੂੰ ਕੈਪੀਟਲ ਦੀ ਲੋੜ ਸੀ, ਕੈਪੀਟਲ ਚਾਹੀਦੀ ਹੁੰਦੀ ਆਪਾਂ ਨੂੰ ਇਨਵੈਸਟ ਕਰਨ ਲਈ। ਹਾਂਜੀ ਹਾਂਜੀ। ਅਤੇ ਬਾਕੀ ਨਵੀਂ ਕੰਟਰੀ 'ਚ ਆ ਕੇ ਸਟੇਬਲ ਹੋਣਾ ਹੁੰਦਾ ਆਪਾਂ ਨੂੰ ਨਹੀਂ ਪਤਾ ਹੁੰਦਾ, ਹੋਣਾ ਪੈਂਦਾ। ਹਾਂਜੀ, ਇੱਕ ਤਰ੍ਹਾਂ ਦੀ ਉਹ ਹੁੰਦੀ ਆ, ਉਹ ਜਰਨੀ ਹੁੰਦੀ ਆ, ਸ਼ੁਰੂਆਤ 'ਚ ਹਰ ਕੋਈ ਕਰਦਾ ਪਹਿਲਾਂ ਕੋਈ ਏਦਾਂ ਸਾਈਡ 'ਤੇ ਜੋਬ ਲੱਭਣੀ, ਪੈਸਾ ਕਮਾਉਣਾ। ਸੋ ਠੀਕ ਹੈ, ਮਤਲਬ ਸ਼ੁਰੂਆਤ ਵਿੱਚ ਤਾਂ ਓਬਵੀਅਸਲੀ ਉਹ ਸਾਰੇ ਸੇਮ ਚੀਜ਼ਾਂ ਕਰਨੀਆਂ ਪੈਣੀਆਂ ਪੈਂਦੀਆਂ। ਹਾਂਜੀ, ਪਰ ਮਤਲਬ ਬਾਅਦ 'ਚੋਂ ਅੱਗੇ ਜਾ ਕੇ ਬੰਦਾ ਡੇ ਟ੍ਰੇਡ 'ਤੇ ਜੋ ਥੋੜ੍ਹਾ ਬਹੁਤਾ ਉਹ ਚੀਜ਼ ਵਿੱਚ ਐਕਸਪਰਟ ਹੁੰਦਾ ਜਾਂਦਾ। ਜਿਵੇਂ ਹੁਣ ਉਸ ਤੋਂ ਬਾਅਦ ਮੈਂ ਡੇ ਟ੍ਰੇਡ 'ਤੇ ਫੁੱਲ ਟਾਈਮ ਮੈਂ ਡਿਪੈਂਡ ਹੋ ਗਿਆ, ਹੁਣ ਮੈਂ ਆਪਣੇ ਕਾਲਜ ਦੀ ਫੀਸ ਤੱਕ ਵੀ ਇਸ ਤੋਂ ਹੀ ਪੇ ਕੀਤੀ ਹੈ, ਟ੍ਰੇਡ ਫੁੱਲ ਟਾਈਮ ਟ੍ਰੇਡਿੰਗ ਤੋਂ ਹੀ ਪੇ ਕੀਤੀ ਹੈ। ਦੇਖ ਲਓ, ਸੁਣ ਲਓ ਗੱਲ, ਇੱਦਾਂ ਦੇ ਵੀ ਇੱਥੇ ਸਟੂਡੈਂਟ ਹੈਗੇ ਨੇ, ਇੱਥੇ ਐਕਸਕਿਊਜ਼ ਬਣਾਉਣ ਦੀ ਤਾਂ ਗੱਲ ਹੀ ਨਹੀਂ ਹੈਗੀ, ਹੈ ਨਾ, ਸਾਰਾ ਤੁਹਾਡੇ ਹੱਥ ਵਿੱਚ ਆ। ਹੁਣ 22 ਵੀ ਦਿਨ 'ਚ 24 ਘੰਟੇ ਹੁੰਦੇ ਨੇ, ਹਾਂਜੀ, ਇਹਨੇ ਵੀ ਇਹ ਸਾਰਾ ਕੁਛ ਸਿੱਖਿਆ ਹੀ ਆ, ਤੁਸੀਂ ਵੀ ਇੱਦਾਂ ਸਿੱਖ ਸਕਦੇ ਹੋ। ਸਾਰਾ ਹੈਗਾ ਵੀ ਤੁਹਾਡੇ ਵਿੱਚ ਐਂਬੀਸ਼ਨ ਹੋਣਾ ਚਾਹੀਦਾ ਵੀ ਮੈਂ ਕੁਛ ਕਰਨਾ। ਕੰਫਰਟ ਜ਼ੋਨ ਤੋੜੋ ਆਪਣੀ, ਕੰਫਰਟ ਜ਼ੋਨ ਤੋੜੋਗੇ ਬਹੁਤ ਕੁਛ ਹੋਊਗਾ, ਬਹੁਤ ਕੁਛ ਤੁਹਾਨੂੰ ਮਿਲੂਗਾ। ਉਦੋਂ ਔਖਾ ਲੱਗਦਾ ਹੁੰਦਾ, ਉਦੋਂ ਔਖਾ ਲੱਗਦਾ, ਪਰ ਹਮੇਸ਼ਾ ਇਹ ਦੇਖਿਆ ਕਰੋ, ਲੌਂਗ ਟਰਮ ਦੇਖਿਆ ਕਰੋ ਜੀ, ਵੀ ਹੁਣ ਤੋਂ 5 ਸਾਲ ਬਾਅਦ ਮੈਂ ਕਿਹੜੇ ਕਿੱਥੇ ਹੋਊਂਗਾ। ਹੁਣ ਮੈਂ ਇੱਥੇ ਆ ਕੇ ਜੋਬ ਵੀ ਕੀਤੀ, ਬਟ ਮੈਨੂੰ ਨਾ ਅਨਕੰਫਰਟੇਬਲ ਜਿਹਾ ਫੀਲ ਹੁੰਦਾ ਰਹਿੰਦਾ ਸੀ ਵੀ ਯਾਰ ਮੇਰੀ ਇਹ ਕੀ ਰੂਟੀਨ ਬਣ ਗਈ, ਸਵੇਰੇ ਮੈਂ 5 ਵਜੇ ਨਿਕਲ ਜਾਣਾ, ਰਾਤ ਨੂੰ 12-1 ਵਜੇ ਆਉਣਾ, ਡਬਲ ਸ਼ਿਫਟ, 4-5 ਘੰਟਿਆਂ ਦੀ ਨੀਂਦ ਰਹਿ ਜਾਣੀ, ਤੇ ਹੋਰ 4-5 ਟਫ ਆ। ਮਤਲਬ ਇੱਕ ਤਰ੍ਹਾਂ ਦਾ ਆਪਾਂ ਸਲੂਟ ਵੀ ਕਰਦੇ ਹਾਂ ਜਿਹੜੇ ਲੋਕ ਰੋਜ਼ ਉਹ ਲਾਈਫ 'ਚ ਹੁੰਦੇ ਨੇ, ਕਿਉਂਕਿ ਉਹ ਸਿੰਪਲ ਨਹੀਂ, ਹਰ ਕਿਸੇ ਦੇ ਬਸ ਦੀ ਗੱਲ ਨਹੀਂ ਉਹਦਾ ਦੀ ਲਾਈਫ 'ਚ ਹੋਣੀ। ਹਾਂਜੀ ਹਾਂਜੀ, ਉਹਨਾਂ ਨੂੰ ਸਲੂਟ ਆ ਜਿਹੜੇ ਰੋਜ਼ ਇਹ ਕਰਦੇ ਹਾਂ, ਹੈ ਨਾ, ਕਿਉਂਕਿ ਉਹ ਈਜ਼ੀ ਨਹੀਂ ਆ, ਈਜ਼ੀ ਨਹੀਂ ਹੈਗਾ। ਐਗਜੈਕਟਲੀ, ਉਹ ਚੀਜ਼ ਵੀ ਆਪਾਂ ਦੇਖੀ ਆ, ਹੰਢਾਈ ਆ ਉਹਦੇ 'ਤੇ। ਬਟ ਮੈਂ ਫਿਰ ਸਭ ਨੂੰ ਇਹ ਕਹਿਣਾ ਚਾਹੁੰਦਾ ਵੀ ਇਸ ਜੇ ਸਕਿੱਲਸ ਦੇ ਵਿੱਚ ਆਪਣਾ ਟਾਈਮ ਇਨਵੈਸਟ ਕਰੋ ਤਾਂ ਕਿ ਤੁਹਾਨੂੰ ਆਉਣ ਵਾਲਾ ਟਾਈਮ ਥੋੜ੍ਹਾ ਸੌਖਾ ਹੋ ਜਾਵੇ, ਹੋਰ ਆਏ ਨਾ ਹੋਵੇ ਆਪਣੀ ਸਾਰੀ ਜ਼ਿੰਦਗੀ ਲੰਘ ਜਾਵੇ, ਸ਼ਿਫਟਾਂ 'ਚ ਲੰਘ ਜਾਵੇ, ਇੱਕ ਲਾਈਫ ਆ, ਕੁਛ ਕਰਕੇ ਦਿਖਾਓ, ਕੁਛ ਬਣ ਕੇ ਦਿਖਾਓ। ਐਗਜੈਕਟਲੀ, ਉਹ ਆਹ ਸੀਗੀ ਅੱਜ ਦੀ ਵੀਡੀਓ ਸਟਾਕ ਮਾਰਕੀਟ ਬਾਰੇ, ਪਹਿਲੀ ਵੀਡੀਓ ਸੀ ਜਿਹੜੀ ਮੈਂ ਪਾਈ ਆ, ਹੈ ਨਾ, ਇਨਵੈਸਟਮੈਂਟਸ ਬਾਰੇ। ਇੱਦਾਂ ਜੇ ਇੱਦਾਂ ਦੇ ਟੋਪਿਕ ਤੁਹਾਨੂੰ ਵਧੀਆ ਲੱਗਦੇ ਨੇ ਤਾਂ ਕਮੈਂਟਸ ਵਿੱਚ ਲਿਖ ਦਿਆ ਕਰੋ, ਆਪਾਂ ਇੱਦਾਂ ਦੀ ਵੀਡੀਓਜ਼ ਹੋਰ ਲਿਆਵਾਂਗੇ। ਜਾਂ ਇਹਦੇ ਸਿਮਿਲਰ ਟੋਪਿਕ, ਮਤਲਬ ਜਾਂ ਈ ਕਾਮਰਸ, ਡਰੋਪ ਸ਼ਿਪਿੰਗ ਜਿਹੜੇ ਉਹ ਹੁੰਦੇ ਨੇ, ਜੇ ਤੁਹਾਨੂੰ ਉਹ ਚੀਜ਼ ਬਾਰੇ ਵੀ ਕਿਊਰੀਓਸਿਟੀ ਆ, ਆਪਾਂ ਡਰੋਪ ਸ਼ਿਪਿੰਗ ਵਾਲੇ ਬੰਦੇ ਲੈ ਆਉਣ ਨੇ, ਫਿਰ ਉਹਦੇ 'ਤੇ ਵੀ ਵੀਡੀਓ ਬਣਾਵਾਂਗੇ। ਹਾਂਜੀ, ਸੋ ਜਿੱਦਾਂ ਕਿ ਮੈਂ ਕਿਹਾ ਸੀ, ਸ਼ਗਨ ਪ੍ਰੋ ਖੁਦ ਵੀ ਇਹ ਚੀਜ਼ ਸਿਖਾਉਂਦੇ ਨੇ। ਹਾਂਜੀ, ਹੈ ਨਾ, ਜੇ ਤੁਸੀਂ ਤੁਹਾਨੂੰ ਬਿਲਕੁਲ ਹੈਗਾ ਵੀ ਇਹ ਚੀਜ਼ ਸਿੱਖਣੀ ਆ, ਇਹਨੂੰ ਮੈਸੇਜ ਕਰ ਸਕਦੇ ਹੋ ਇੰਸਟਾਗ੍ਰਾਮ 'ਤੇ। ਅਤੇ ਬਾਕੀ ਜੇ ਵੀਡੀਓ ਪਸੰਦ ਆਈ, ਲਾਈਕ, ਸ਼ੇਅਰ, ਕਮੈਂਟ 'ਤੇ ਸਬਸਕ੍ਰਾਈਬ ਕਰ ਦਿਓ, ਅਤੇ ਆਪਾਂ ਮਿਲਦੇ ਹਾਂ ਅਗਲੀ ਵਾਰ। ਓਕੇ ਓਕੇ ਜੀ।